ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਖਤੇ ਉਹ ਜੰਮੇ ਖਤੇ ਕਰ, ਨਿਤ ਖਤੇ ਉਹ ਵਿੱਚ ਪਾਹੇ। ਹਾਂ, ਇਹ ਪਾਠ ਧਿਆਨ ਨਾਲ ਉਚਾਰਨ ਕਰਨਾ। ਸੰਪਰਦਾ ਦੇ ਵਿੱਚ ਇਹ ਪਾਠ ਇਸ ਤਰ੍ਹਾਂ ਕਰਾਇਆ ਜਾਂਦਾ, ਖਤੇ ਉਹ ਜੰਮੇ ਖਤੇ ਕਰ। ਇੱਥੇ ਵਿਸਰਾਮ ਲਾਉਣਾ, ਉਂਝ ਪਦਸ਼ੇਦ ਪੋਥੀਆਂ ਦੇ ਇਕੱਠਾ ਹੀ ਲਿਖਿਆ ਹੋਇਆ। ਨਿਤ ਖਤਿਆ ਵਿੱਚ ਪਾਹੇ, ਨੰਨਾ ਜਿਹੜਾ ਕਰਨ ਦਾ ਨੰਨਾ ਹੈ ਨਾ, ਇੱਧਰ ਲਾ ਦੇਣਾ। ਪਾਠ ਸਾਰਾ ਇਸ ਤਰ੍ਹਾਂ ਉਚਾਰਨ ਕਰਨੀ ਹੈ ਪੰਗਤੀ, ਖਤੇ ਹੋ ਜੰਮੇ ਖਤੇ ਕਰ, ਨਿਤ ਖਤਿਆ ਵਿੱਚ ਪਾਹੇ। ਖਤਿਆ ਹੋ ਖਤੇ ਖਤਿਆ, ਇਹ ਪੋਲੇ ਪਦ ਉਚਾਰਨ ਕਰਨੇ। ਧੋਤੇ ਮੂਲ ਨਾ ਉੱਤਰ ਹੈ, ਧੋਤੇ ਮੂਲ ਨਾ ਉੱਤਰ ਹੈ। ਜੇ ਸੋ ਧੋਵਣ ਪਾਹੇ, ਜੇ ਸੋ ਧੋਵਣ ਪਾਹੇ। ਨਾਨਕ ਬਖਸੇ ਬਖਸੀਐ, ਨਾਹੇ ਤਾ ਪਾਹੀ ਪਾਹੇ। ਮਹੱਲਾ ਪਹਿਲਾ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ, ਸੁੱਖ ਦੁੱਖ ਦੋਏ ਦਰ ਕੱਪੜੇ। ਪਹਿਰ ਹੈ ਜਾਏ ਮਨੁੱਖ, ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ। ਚਾਰੇ ਕੁੰਡਾ ਦੇਖ ਅੰਦਰ ਭਾਲਿਆ, ਸੱਚਾ ਪੁਰਖ ਅਲੱਖ ਸਿਰਜ ਨਿਹਾਲਿਆ। ਉੱਜੜ ਭੁੱਲੇ ਰਾਹ ਗੁਰ ਵੇਖਾਲਿਆ, ਗੁਰ ਵੇਖਾਲਿਆ। ਨਖੇਰ ਕੇ ਪੜ੍ਹਨਾ, ਉੱਜੜ ਭੁੱਲੇ ਰਾਹ, ਇਹਨੂੰ ਉੱਜੜ ਨੀ ਕਹਿ ਦੇਣਾ, ਉੱਜੜ ਭੁੱਲੇ ਰਾਹ ਗੁਰ ਵੇਖਾਲਿਆ। ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਪਾਇਆ ਰਤਨ ਘਰਾਹ ਦੀਵਾ ਬਾਲਿਆ। ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ, ਸੁਖੀਏ ਸੱਚ ਵਾਲਿਆ। ਨਿਡਰਿਆ ਡਰ ਲੱਗ, ਇਹਨੂੰ ਨਿਡਰਿਆ ਨੀ ਬੋਲਣਾ, ਕੱਸ ਕੇ ਬੋਲਣਾ, ਨਿਡਰਿਆ ਨਿਡਰਿਆ ਡਰ ਲੱਗ, ਨਿਡਰਿਆ ਡਰ ਲੱਗ ਗਰਭ ਸੇ ਗਾਲਿਆ। ਨਾਵ ਭੁੱਲਾ ਜਗ, ਨਾਵ ਭੁੱਲਾ ਹੀ ਬੋਲਣਾ ਇਹਨੂੰ, ਨਾਮ ਤੋਂ ਨਹਾਉਣ ਦਾ ਵਾਚਕ ਨੀ ਹੈ। ਨਾਵ ਭੁੱਲਾ ਜਗ ਫਿਰੈ ਬੇਤਾਲਿਆ। ਸਲੋਕ ਮਹੱਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ, ਭੀ ਭਉ ਮਨ ਮਹਿ ਹੋਏ। ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਮਹੱਲਾ ਤੀਜਾ। ਭੈ ਵਿਣ ਜੀਵੈ ਬਹੁਤ ਬਹੁਤ, ਖੁਸ਼ੀਆ ਖੁਸ਼ੀ ਕਮਾਏ। ਨਾਨਕ ਭੈ ਵਿਣ ਜੇ ਮਰੈ ਮੁਹਿ ਕਾਲੈ ਉੱਠ ਜਾਏ। ਇਹਨੂੰ ਮੁਹਿ ਉਚਾਰਨ ਕਰਨਾ, ਮੁਹਿ ਕਾਲੈ ਉੱਠ ਜਾਏ। ਪੌੜੀ ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਜਾਮ ਕਾ ਡਰ ਕਿਹਾ। ਜਿੱਥੇ ਤੱਤੇ ਗੰਨੇ ਹਨ, ਇਹ ਦੀਰਘ ਹੀ ਉਚਾਰਨ ਕਰਨੇ ਆ। ਤੱਤਾ ਮੁਕਤਾ ਤਾ ਉਚਾਰਨ ਕਰਨਾ, ਤੱਤੇ ਗੰਨਾ ਤਾ ਉਚਾਰਨ ਕਰਨਾ।
ਸਤਿਗੁਰ ਹੋਏ ਦਇਆਲ ਸਦਾ ਸਦ ਹੀ ਸੁਖ ਦੀਹਾ। ਸਤਿਗੁਰ ਹੋਏ ਦਇਆਲ ਤਾ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਸਿਰ ਖੋਹਾਇ ਪੀਐ ਮਲ ਬਾਣੀ। ਜੇ ਮਲ ਬਾਣੀ ਪਾਠ ਸੰਪਰਦਾ ਚ ਵੱਖਰਾ ਕਰਾਇਆ ਜਾਂਦਾ, ਮਲਵਾਣੀ ਨੀ ਕਹਿਣਾ। ਸਿਰ ਖੋਹਾਇ ਪੀਐ, ਇਹ ਪੀਵਹ ਨੀ ਕਹਿ ਦੇਣਾ, ਐੜਾ ਵਿੱਚ ਹੈਗਾ। ਪੀਐ ਮਲ ਬਾਣੀ, ਮਲ ਦਾ ਅਰਥ ਹੁੰਦਾ ਮੈਲਾ, ਬਾਣੀ ਦਾ ਅਰਥ ਹੈ ਪਾਣੀ। ਸਿਰ ਖੋਹਾਇ ਪੀਐ ਮਲ ਬਾਣੀ, ਜੂਠਾ ਮੰਗ ਮੰਗ ਖਾਹੀ ਖਾਹੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੁਹ ਲੈਣ ਪੜਾਸਾ, ਪਾਣੀ ਦੇਖ ਸਗਾਹੀ, ਢੇਡਾ ਵਾਗੀ ਸਿਰ ਖੋਹਾਇਨ, ਭਰੀਨ ਹੱਥ ਸਵਾਹੀ, ਮਾਊ ਪੀਓ ਕਿਰਤ ਗਵਾਇਨ। ਮਾਊ ਪੀਓ ਦਲੈਂਕੜ ਹਨ, ਮਾਊ ਪੀਓ ਕਿਰਤ ਗਵਾਇਨ। ਟੱਬਰ ਰੋਵਨ ਧਾਹੀ, ਉਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ। ਇੱਥੇ ਵਿਸਰਾਮ ਲਾਉਣਾ ਧਿਆਨ ਨਾਲ। ਉਨਾ ਇੱਥੇ ਯਮਕ, ਪਿੰਡ ਨਾ ਪੱਤਲ ਕਿਰਿਆ ਇੱਥੇ ਠਮਕ, ਨਾ ਦੀਵਾ ਇੱਥੇ ਵਿਸਰਾਮ। ਉਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਮੋਏ ਕਿਥਾ ਉਪਾਹੀ, ਅੱਠ ਸੱਠ ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ ਬ੍ਰਾਹਮਣ ਅੰਨ ਨਾ ਖਾਹੀ ਬ੍ਰਾਹਮਣ ਅੰਨ ਨਾ ਖਾਹੀ, ਸਦਾ ਕੁਚੀਰ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾਹੀ। ਸਦਾ ਕੁਚੀਲ ਰਹਿ ਦਿਨ ਰਾਤੀ ਇੱਥੇ ਵਿਸਰਾਮ ਹੈ, ਮੱਥੇ ਟਿੱਕੇ ਨਾਹੀ। ਮੇਰੇ ਮੱਥੇ ਛੱਪਿਆ ਹੋਇਆ ਸੀ, ਲਾਵਾਂ ਦੇ ਨਾਲ ਪਾਠ ਸ਼ੁੱਧ ਹੈ, ਮੱਥੇ ਟਿੱਕੇ ਨਾਹੀ। ਸਦਾ ਕੁਚੀਲ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾਹੀ, ਝੁੰਡੀ ਪਾਏ ਬਹਿਣ ਨਿਤ ਮਰਨਾ, ਝੁੰਡੀ ਪਾਏ ਬਹਿਣ ਨਿਤ ਮਰਨਾ। ਨਿਤ ਤੇ ਮਾੜਾ ਜਿਹਾ ਠਹਿਰਾ ਜੇ ਦੇ ਕੇ ਉਚਾਰਨ ਕਰਾਂਗੇ ਅਰਥ ਸਪਸ਼ਟ ਹੋ ਜਾਏਗਾ। ਝੁੰਡੀ ਪਾਏ ਬਹਿਣ ਨਿਤ ਮਰਨਾ, ਝੁੰਡੀ ਪਾਏ ਬਹਿਣ ਨਿਤ ਮਰਨਾ। ਇੱਥੇ ਅਰਥ ਲਿਖਿਆ ਹੈ, ਕਹਿੰਦੇ ਝੁੰਬ ਮਾਰ ਕੇ ਝੁੰਗਲ ਮਾਟਾ ਮਾਰ ਕੇ ਨਿਤ ਇਉਂ ਬਹਿੰਦੇ ਹਨ ਮਰਨਾ। ਇਹਦਾ ਅਰਥ ਅਗਲਾ ਮਰਨਾ ਦਾ ਇਹ ਅਰਥ ਹੈ, ਜਿਵੇਂ ਕਿਸੇ ਨੜੋਏ ਤੇ ਬੈਠੇ ਹੁੰਦੇ ਹਨ ਮਰਨੇ ਦੇ। ਦੜ ਦੀਵਾਨ ਨਾ ਜਾਹੀ, ਲੱਕੀ ਕਾਸੇ ਹੱਥੀ ਫੁੰਮਣ, ਅੱਗੋ ਪਿੱਛੀ ਜਾਹੀ ਅੱਗੋ ਪਿੱਛੀ ਜਾਹੀ ਇੱਥੇ ਪਿੱਛੀ ਤੇ ਠਮਕ, ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ, ਇਹ ਜੈਨੀਆਂ ਦੀ ਗੱਲ ਹੈ। ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ, ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ, ਦਈਏ ਵਗੋਏ ਫਿਰਹਿ ਵਿਗੁੱਤੇ। ਹਾਂ, ਦਈਏ ਇਸ ਨੂੰ ਦਈਏ ਉਚਾਰਨ ਕਰਨਾ, ਦੱਦਾ ਈੜੀ ਬਿਹਾਰੀ ਈੜੀ ਸਿਹਾਰੀ, ਦਈਏ ਵਿਗੋਏ ਫਿਰਹਿ ਵਿਗੁੱਤੇ, ਦਈਏ ਵਿਗੋਏ ਫਿਰਹਿ ਵਿਗੁੱਤੇ, ਫਿੱਟਾ ਵੱਤੈ ਗੱਲਾ, ਜੀਆ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੈ, ਦਾਨਹ ਤੈ ਇਸ ਨਾਨਹ ਵੰਜੇ, ਭੱਸ ਪਈ ਸਿਰ ਖੁੱਥੈ
ਖੁਥੈ ਉਚਾਰਨ ਕਰਨਾ, ਭਸ ਪਈ ਸਿਰ ਖੁਥੈ, ਕਈ ਖੁਥੈ ਹੀ ਆ ਜਾਂਦੇ। ਪਾਣੀ ਵਿੱਚ ਰਤਨ ਉਪੰਨੇ, ਮੇਰ ਕੀਆ ਮਾਧਾਣੀ, ਅੱਠ ਸੱਠ ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ, ਨਹਾਏ ਨਿਵਾਜਾ ਨਹਾਤੈ ਪੂਜਾ, ਨਹਾਵਣ ਸਦਾ ਸੁਜਾਣੀ। ਹਾਂਜੀ, ਨਹਾਏ ਨਿਵਾਜਾ ਨਹਾਤੈ ਪੂਜਾ, ਨਹਾਵਣ ਸਦਾ ਸੁਜਾਣੀ। ਮੋਇਆ ਜੀਵ ਦਿਆ ਗਤ ਹੋਵੈ, ਮੋਇਆ ਛੇਤੀ ਉਚਾਰਨ ਕਰਨਾ, ਮੋਇਆ ਜੀਵ ਦਿਆ ਗਤ ਹੋਵੈ, ਮੋਇਆ ਜੀਵ ਦਿਆ ਗਤ ਹੋਵੈ, ਜਾਂ ਸਿਰ ਪਾਈਐ ਪਾਣੀ, ਨਾਨਕ ਸਿਰ ਖੁੱਥੇ ਸੈਤਾਨੀ, ਇਹਨਾਂ ਗੱਲ ਨਾ ਪਾਣੀ। ਇਹ ਵੀ ਧਿਆਨ ਨਾਲ ਉਚਾਰਨ ਕਰਨਾ, ਖੁੱਥੇ ਨੀ ਸਿਰ ਖੁੱਥੇ ਨੀ ਗਾ ਜਾਣਾ, ਨਾਨਕ ਸਿਰ ਖੁੱਥੇ ਸੈਤਾਨੀ, ਸੈਤਾਨੀ ਪਾਠ ਕਿੱਥਾ ਹੀ ਹੈ, ਇਹਨਾਂ ਗੱਲ ਨਾ ਪਾਣੀ। ਨਾਨਕ ਸਿਰ ਖੁੱਥੇ ਸੈਤਾਨੀ, ਇਹਨਾਂ ਗੱਲ ਨਾ ਪਾਣੀ, ਵੁੱਠੈ ਹੋਐ ਹੋ ਵੁੱਠੈ, ਇੱਥੇ ਜਮਕ ਵੁੱਠੈ ਹੋਐ, ਹਾਂ ਵੁੱਠੈ ਹੋਇਆ ਹੋਏ ਬਿਲਾਵਲ, ਵੁੱਠੈ ਹੋਐ ਹੋਏ ਬਿਲਾਵਲ, ਜੀਆ ਜੀਆ ਜੁਗਤ ਸਮਾਣੀ, ਵੁੱਠੈ ਅੰਨ ਕਮਾਦ ਕਪਾਹਾ, ਵੁੱਠੈ ਤੇ ਇੱਥੇ ਵੀ ਜਮਕ ਸਭ ਸਹਿ ਪੜਦਾ ਹੋਵੈ, ਵੁੱਠੈ ਪੋਲਾ ਹੀ ਬੋਲਣਾ, ਵੁੱਠੈ ਘਾਹ ਚਰਹ ਨਿਤ ਸੁਰਹੀ, ਚਰਹ ਪੋਲਾ ਬੋਲਣਾ, ਚਰਹ ਚੜ੍ਹਨ ਦਾ ਵਾਚਕ ਨੀ ਹੈ, ਵੁੱਠੈ ਘਾਹ ਚਰਹ ਨਿਤ ਸੁਰਹੀ, ਵੁੱਠੈ ਘਾਹ ਚਰਹ ਨਿਤ ਸੁਰਹੀ, ਸਾਧਨ ਦਹੀ ਬਲੋਵੈ, ਸਾ ਧਨ ਇਹ ਵੱਖਰਾ ਪਾਠ ਹੈ, ਸਾ ਧਨ ਦਹੀ ਬਲੋਵੈ, ਸਾ ਧਨ ਦਹੀ ਬਲੋਵੈ, ਤਿਤ ਘੇ ਹੋਮ ਜਾਗ ਸਦ ਪੂਜਾ, ਤਿਤ ਘੇ ਇਸ ਤਰ੍ਹਾਂ ਉਚਾਰਨ ਕਰਨਾ, ਤਿਤ ਘੇ ਇੱਥੇ ਠਮਕ, ਹੋਮ ਜਗ ਸਦ ਪੂਜਾ ਇੱਥੇ ਵਿਸਰਾਮ, ਤਿਤ ਘੇ ਹੋਮ ਜਗ ਸਦ ਪੂਜਾ, ਪੈ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ, ਨਹਾਤੈ ਜਿਸ ਵਡਿਆ ਨਹਾਤੈ ਜਿਤ ਵਡਿਆਈ, ਨਹਾਤੈ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਹਾਵਣ, ਨਾਨਕ ਯਮਕ ਜੇ ਸਿਰ ਖੁੱਥੇ ਨਹਾਵਣ ਨਾਹੀ, ਕਿੱਥੇ ਵਿਸਰਾਮ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀ, ਤਾ ਸੱਤ ਚੱਟੇ ਸਿਰ ਪਾਛਾਹੀ, ਤਾ ਸੱਤ ਚੱਟੇ ਸਿਰ ਛਾਈ, ਨਾਨਕ ਸਿਰ ਖੁੱਥੇ ਨਹਾਵਣ ਨਾਹੀ, ਤਾ ਸੱਤ ਚੱਟੇ ਸਿਰ ਛਾਈ, ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ, ਅੱਗੀ ਪਾਲਾ ਕੇ ਕਰੇ, ਅੱਗੀ ਪਾਲਾ ਕੇ ਕਰੇ, ਸੂਰਜ ਕੇ ਹੀ ਰਾਤ ਚੰਦ ਅਨੇਰਾ ਕੇ ਕਰੇ, ਚੰਦ ਅਨੇਰਾ ਕੇ ਕਰੇ, ਚੰਦ ਅਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ, ਧਰਤੀ ਇੱਥੇ ਵੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕਿਛ ਹੋਏ, ਨਾਨਕ ਤਾ ਪਤ ਜਾਣੀਐ, ਜਾ ਪਤ ਰੱਖੈ ਸੋਏ ਪੌੜੀ, ਤੁਧ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਸੱਚ ਜੇ ਮੰਗਹਿ ਦਾਨ ਸੇ ਤੁਧੈ ਜੇਹਿਆ,
ਸੱਚ ਤੇਰਾ ਫੁਰਮਾਨ ਸਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦਾ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚਲਾ ਚਲਾਇਆ ਕਰਮ ਪਵੈ ਨਿਸ਼ਾਨ ਨਾ ਚਲਾ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵ ਚੜ੍ਹ ਸਵਾਇਆ ਨਾਨਕ ਮੰਗੈ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਵ ਤਿਨ ਕਾ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਜਿਨ ਗੁਰ ਨਾਨਕ ਦੇਵ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਸ ਸੁਝੈ ਆਪ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਸ ਸੁਝੈ ਕਹਿ ਕਹਿ ਕਥਨਾ ਮਾਇਆ ਲੁਝੈ ਲੁਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਭਰਾਤ ਹੋਵੈ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਾਰਾ ਲਾਇਆ ਰਾਤ ਦੇਹਾ ਕੈ ਵਾਰ ਵੱਖਰਾ ਪਾਠ ਕਰਨਾ ਕੈ ਵਾਰ ਇਕੱਠਾ ਨੀ ਕਹਿ ਦੇਣਾ ਰਾਤ ਦੇਹਾ ਕੈ ਵਾਰ ਰਾਤ ਦੇਹਾ ਕੈ ਵਾਰ ਧੁਰਹ ਫੁਰਮਾਇਆ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਾਲਾਹ ਕੱਪੜਾ ਪਾਇਆ ਸੱਚੀ ਸਿਫਤ ਸਾਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿਨ ਸੁਖ ਪਾਇਆ ਢਾਡੀ ਕਰੇ ਪਸਾਵ ਸ਼ਬਦ ਵਜਾਇਆ ਨਾਨਕ ਸੱਚ ਸਾਲਾਹ ਪੂਰਾ ਪਾਇਆ ਸੁਧ ਹਾਂਜੀ ਇਹ ਪੜ੍ਹਨਾ ਸ਼ੁੱਧ ਪਦ ਪਰ ਜਦੋਂ ਆਪਾਂ ਜਾਂ ਵਾਰ ਦੇ ਵਿੱਚੋਂ ਮੁੱਖ ਵਾਕ ਆ ਜਾਂਦਾ ਨਾ ਤਾਂ ਪਹਿਲਾਂ ਪੰਕਤੀਆਂ ਪੜ੍ਹ ਦੇਣੀਆਂ ਫੇਰ ਦੁਬਾਰਾ ਫੇਰ ਪੰਕਤੀਆਂ ਪੜ੍ਹਨੀਆਂ ਫੇਰ ਇੱਕ ਵਾਰੀ ਕਹਿਣਾ ਸ਼ੁੱਧ ਦੋ ਵਾਰੀ ਸ਼ੁੱਧ ਸ਼ੁੱਧ ਨਹੀਂ ਕਹਿਣਾ ਇਹ ਨਿਯਮ ਹੈ ਜਦੋਂ ਆਪਾਂ ਮੁੱਖ ਵਾਕ ਲੈਂਦੇ ਹਾਂ ਕਿਤੇ ਵਾਰ ਦੇ ਵਿੱਚੋਂ ਲੈਣਾ ਪੈ ਜਾਵੇ ਤਾਂ ਪਹਿਲਾਂ ਸਾਰੀ ਪੌੜੀ ਪੜ੍ਹ ਦੇਣੀ ਹੈ ਫੇਰ ਦੁਬਾਰਾ ਜਦੋਂ ਪੜ੍ਹਨਾ ਨਾ ਫੇਰ ਸ਼ੁੱਧ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।